ਕਈ ਵਾਰ ਸੁਬਹਾ ਦੇ 4 ਵਜੇ ਦਾ ਟਾਈਮ ਆ, ਸੁਬਹਾ ਸੁਬਹਾ ਨੀਂਦ ਨਹੀਂ ਸੀ ਆ ਰਹੀ ਔਰ ਇੱਥੇ ਸਿਲੰਡਰ ਪਿਆ ਕਰਕੇ ਮੈਂ ਨਾ ਦੁੱਧ ਪੀ ਰਹੀ ਹਾਂ। ਇਹਨਾਂ ਨੂੰ ਵੀ ਦਿੱਤਾ ਵਾ ਫਿੱਕਾ ਸੌਫ ਔਰ ਇਲਾਇਚੀ ਪਾ ਕੇ ਔਰ ਆਪਣੇ ਵਾਸਤੇ 2 ਦਾਣੇ ਚੀਨੀ ਦੇ ਪਾਏ ਔਰ ਮੈਂ ਦੁੱਧ ਪੀ ਰਹੀ ਹਾਂ, ਬਣਾਇਆ ਵਾ ਔਰ ਪੀਂਦੀ ਹਾਂ। ਬਿਸਮਿਲ੍ਲਾਹਿਰਰਹਮਾਨਿਰਰਹੀਮ, ਅਸਲਾਮ ਅਲੈਕੁਮ। ਅੱਛਾ ਜੀ, ਰਾਤੀ 2 ਰਜ਼ਾਈਆਂ ਰੱਖੀਆਂ ਸੀ, ਇਹਨਾਂ ਨੇ ਸੁਬਹਾ ਸੁਬਹਾ ਇੱਕ ਰੱਖ ਦਿੱਤੀ। ਮੈਂ ਹੁਣ ਉੱਠੀ ਹਾਂ ਅਤੇ ਮੈਂ ਦੇਖਾਂ ਬਾਹਰ ਦਾ ਮੌਸਮ। ਬਾਹਰ ਦੀ ਬਾਰਿਸ਼ ਹੋ ਰਹੀ ਆ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਪਾਕ ਦੀ ਰਹਿਮਤ ਹੋ ਰਹੀ ਆ। ਬਿੱਲੀ ਵੀ ਆਈ ਆ, ਬਿੱਲੀ ਨੇ ਦੁੱਧ ਤਾਜ਼ਾ ਲਿਆ ਕੇ ਪਾਉਂਦੀ ਹਾਂ। ਚਰਸੀ ਪਾਈ ਆ, ਕੈਬ ਲਈ ਆ, ਹਵਾ ਓਏ ਛੱਪ ਗਿਆ। ਚਲੋ ਮੈਂ ਛਾਪਰ ਉੱਧਰ ਡਸਟਬਿਨ 'ਚ ਪਾ ਦਿੰਦੀ ਹਾਂ, ਚੁੱਕ ਕੇ ਹੁਣ ਮੈਂ ਛਿਲਕੇ ਸਿੱਟਣ ਲੱਗੀ ਹਾਂ ਮੂੰਗਫਲੀ ਦੇ। ਮਨ ਮੈਂ ਤੈਨੂੰ ਦੁੱਧ ਲਿਆ ਕੇ ਪਾਉਂਦੀ ਹਾਂ। ਰਾਤੀ ਬਾਹਰ ਆਇਆ ਸੀ, ਮੈਂ ਚਾਏ ਬਣਾ ਲਈ, ਫਿਰ ਸੁਬਹਾ ਜਿਹੜਾ ਨਾ ਕੀ ਉਹਨੂੰ ਕਹਿੰਦੇ ਆ ਦੁੱਧ ਉਬਾਲ ਕੇ ਪੀਤਾ ਇੱਕ ਕੱਪ। ਮੈਂ ਕਲੀ ਨੇ ਨੀਂਦ ਨਹੀਂ ਸੀ ਆ ਰਹੀ, ਚਾਏ ਬੰਦਾ ਸ਼ਾਮ ਪੀ ਲਈ, ਨੀਂਦ ਕਿੱਥੇ ਆਉਂਦੀ ਮੈਨੂੰ, ਚਾਏ ਪੀ ਕੇ ਨੀਂਦ ਨਹੀਂ ਆਉਂਦੀ। ਫਿਰ ਮੈਂ ਦੁੱਧ ਪੀਤਾ ਅਤੇ ਫਿਰ ਮੈਨੂੰ ਜਾ ਕੇ ਨੀਂਦ ਆਈ ਆ। ਮੈਂ ਕੱਪੜੇ ਮੈਂ ਰਾਤੀ ਬਾਹਰ ਹੀ ਰਹਿਣ ਦਿੱਤੇ, ਲੇਕਿਨ ਥੋੜ੍ਹੇ ਥੋੜ੍ਹੇ ਭੇਜ ਗਏ ਆ ਅਤੇ ਅੱਲਾ ਖੈਰ ਕਰੇ ਅਤੇ ਮੈਂ ਫਰਸ਼ ਵੀ ਗਿੱਲਾ ਹੋ ਗਿਆ। ਮੈਂ ਦੁੱਧ ਲੈ ਕੇ ਆਵਾਂ, ਰੁਕੀਆਂ ਬਸ ਹਲਕਿਆ ਜੀ ਨਾ ਸ਼ਰਾਟਾ ਵੀ ਹੋਇਆ ਵਾ। ਕਮੈਂਟ ਦੇ ਵਿੱਚ ਲਾਜ਼ਮੀ ਦੱਸਣਾ ਕਿ ਕਿੱਧਰ ਕਿੱਥੇ ਮੇਰੇ ਭੈਣ ਭਰਾ ਜਿਹੜੇ ਨਾ ਸਾਡੀ ਵੀਡੀਓ ਦੇਖ ਰਹੇ ਆ, ਕਿਹੜੀ ਕਿਹੜੀ ਜਗ੍ਹਾ ਦੇਖ ਰਹੇ ਆ ਔਰ ਕਿੱਥੇ ਕਿੱਥੇ ਬਾਰਿਸ਼ ਹੋਈ ਆ। ਕਣਕ ਵਾਸਤੇ ਤਾਂ ਬੜੀ ਸਹੀ ਆ, ਦੇਖਾ ਵੀ ਮਿੱਟੀ ਗਿੱਲੀ ਅੱਲਾ ਪਾ ਕੇ ਰਹਿਮਨ ਤਾਂ ਇੱਕ ਸ਼ਰਾਟਾ ਜਿਹਾ ਪਾ ਦੇਵੇ ਨਾ, ਕਣਕ ਵਾਸਤੇ ਬੜੀ ਜਿਹੜਾ ਨਾ ਸਹੀ ਆ। ਭਾਅ ਜੀ ਉਹਨਾਂ ਨੇ ਮੈਂ ਜਿੱਧਰ ਪੱਲਾ ਲਗਾਇਆ ਵਾ ਇੱਧਰ ਤਰਪਾਲ ਲਗਾਈ ਆ, ਇੱਧਰੋਂ ਨਿਕਾਲ ਕੇ ਇੱਧਰ ਖੁੱਲ੍ਹੀ 'ਚ ਮੱਝ ਬੰਨ ਦਿੱਤੀ ਆ, ਦੇਖੋ ਤਾਂ ਕਿ ਜਾਨਵਰ ਕਿੱਲੇ ਨਾ ਹੋਣ, ਠੰਡ ਨਾ ਲੱਗੇ ਜਾਨਵਰਾਂ ਨੂੰ। ਨਾਸ਼ਤਾ ਕਰ ਲਿਆ ਵਾ ਅਤੇ ਮੈਂ ਚਾਏ ਜਿਹੜਾ ਨਾ ਬਿੱਲੀ ਨੂੰ ਪਾਉਣ ਜਾ ਰਹੀ ਹਾਂ। ਬਾਰਿਸ਼ ਗਈ ਰੋਕੋ, ਠੰਡੀ ਠੰਡੀ ਹਵਾ ਚੱਲ ਰਹੀ ਆ, 12 ਵਜੇ ਤੋਂ ਬਾਅਦ ਕਹਿੰਦੀ ਧੁੱਪ ਲੱਗਣੀ ਆ, ਲੇਕਿਨ ਹਾਲੇ ਤਕਰੀਬਨ ਮੈਨੂੰ ਲੱਗਦਾ 10 ਦਾ ਟਾਈਮ ਆ, 10:30 ਦਾ ਇੱਥੇ ਟਾਈਮ ਆ। ਮੈਂ ਬਿੱਲੀ ਨੂੰ ਪਾ ਦੇਵਾਂ ਚਾਏ, ਤੇਜ਼ ਹਵਾ ਬੱਦਲ ਜਿਵੇਂ ਹੈ ਨਾ ਅੱਗੇ ਨੂੰ ਦੌੜਿਆ ਜਾ ਰਿਹਾ ਹਵਾ ਦੇ ਨਾਲ, ਬੱਦਲ ਅੱਗੇ ਨੂੰ ਰੋੜ ਰਿਹਾ ਵਾ। ਦੁੱਧ ਲਿਆ ਕੇ ਆਈ ਹਾਂ ਅਤੇ ਮਾਂ ਨੂੰ ਬਿੱਲੀ ਆਏਗੀ ਅਤੇ ਅੱਗੇ ਚਾਵਲ ਪਾਏ ਆ ਬਿੱਲੀ ਨੂੰ, ਬਿੱਲੀ ਚਾਵਲ ਖਾ ਕੇ ਗਈ ਆ, ਹੁਣ ਆਏਗੀ ਅਤੇ ਆ ਕੇ ਨਾ ਚਾਏ ਪੀ ਲੇਗੀ। ਇੱਥੇ ਦੂਰ ਨਹੀਂ ਜਾਂਦੀ, ਇੱਥੇ ਅੰਬ ਦੇ ਕੋਲ ਬੈਠ ਜਾਂਦੀ ਆ ਅਤੇ ਜਾਂ ਉਹ ਲੁੰਬੀ 'ਚ ਬੈਠ ਜਾਂਦੀ ਆ ਹਾਂ ਜਿਹੜੀ ਉੱਪਰ। ਅੱਛਾ ਜੀ, ਮੈਂ ਬਰਤਨ ਧੋ ਕੇ ਰੱਖ ਲਿਆ, ਸਿੰਕ ਵੀ ਧੋ ਲਿਆ ਵਾ ਅਤੇ ਐਂ ਮੈਂ ਚੁੱਲ੍ਹਾ ਹਾਲੇ ਇੱਥੇ ਰੱਖਣਾ, ਬਸ ਚੁੱਲ੍ਹਾ ਮੈਂ ਜਿਹੜਾ ਨਾ ਇੱਥੇ ਹੁਣ ਸਾਫ਼ ਕਰ ਲੈਣਾ ਕੋਈ ਕੱਪੜਾ ਲੈ ਕੇ, ਅਤੇ ਕਿਉਂਕਿ ਮਾਸੂਮ ਹਾਲੇ ਬਾਹਰ ਖਰਾਬ ਆ, ਤੇਜ਼ ਹਵਾ ਚੱਲ ਰਹੀ ਆ ਅਤੇ ਫਿਰ ਮੈਂ ਇੱਥੇ ਹੀ ਬਣਾਉਂਗੀ। ਅਤੇ ਚਾਵਲ ਮੈਂ ਕਿਸੇ ਚੀਜ਼ 'ਚ ਪਾ ਕੇ ਰੱਖ ਲੈਂਦੀ ਹਾਂ ਫਰਿੱਜ ਦੇ ਵਿੱਚ, ਅਤੇ ਇਹ ਕੜਾਹੀਆਂ ਵੀ ਧੋ ਲੈਂਦੀ ਹਾਂ, ਇਹਦਾ ਮੈਨੂੰ ਯਾਦ ਹੀ ਨਹੀਂ। ਕੜਾਹੀ ਵੀ ਮੈਂ ਚਾਵਲ ਵੇਲੇ ਕਰਕੇ ਧੋ ਦਿੱਤੀ ਆ ਅਤੇ ਬਾਜੀ ਸਨਵਰਾ ਆਈ ਆ, ਹੈ ਨਾ ਸੀ ਪਾਇਆ ਸੈਮਾ ਨੂੰ ਲੈਣ, ਅਤੇ ਇਹ ਛੱਲੀਆਂ ਮੈਂ ਹਲੇ ਭੁੰਨ ਕੇ ਖਾਣੀਆਂ, ਦੇਖੋ ਨਰਮ ਆ, ਮੇਰਾ ਟਾਈਮ ਹੀ ਨਹੀਂ ਲੱਗਾ ਬਾਲਣ, ਜਿਹੜਾ ਭੋਰਾ ਚੁੱਲ੍ਹੇ ਸੀ ਉਹ ਵੀ ਹੋ ਗਿਆ, ਚਲੋ ਉਬਾਲ ਕੇ ਖਾ ਲੂੰਗੀ। ਅਤੇ ਮੈਂ ਛੱਲੀਆਂ ਇੱਥੇ ਰੱਖੀਆਂ ਵਾਂ, ਹੈ ਝੋਲਾ ਦੇਣਾ ਵਾ, ਇਹਦੇ ਵਿੱਚ ਨਾ ਸੌਦਾ ਸਲਫ ਲੈ ਕੇ ਆਉਂਦੇ ਆ। ਮੇਰੀਆਂ ਭੈਣ ਨੇ ਕਹਿਣਾ ਸੌਦਾ ਤਾਂ ਹੋਇਆ, ਸਲਫ ਕਿਹੜਾ ਹੋਇਆ, ਸ਼ੁਕਰ ਆ ਬਾਹਰ ਧੁੱਪ ਨਿਕਲ ਆਈ ਆ ਅਤੇ ਰਜ਼ਾਈ 'ਚ ਬੈਠੇ ਸੀਗੇ ਅਤੇ ਨਹੀਂ ਮੈਂ ਚੁੱਲ੍ਹਾ ਅੰਦਰ ਹੀ ਰੱਖਿਆ, ਮੈਂ ਕਿਹਾ ਵੀ ਮੌਸਮ ਖਰਾਬ ਦੱਸ, 12 ਵਜੇ ਤੋਂ ਬਾਅਦ ਕਹਿੰਦੇ ਤਾਂ ਬਾਜੀ ਚਾਹ ਬਣਾਵਾਂ। ਅੰਮਾ ਕੀ ਕਰਦੀ ਸੀ? ਅੱਛਾ ਉਹ ਫਿਰ ਪਤਾ ਓਪਰੇਸ਼ਨ ਹੈ ਨਾ, ਖਾਲਾ ਵੀ ਲੱਗਦੀ ਆ, ਤਾਈ ਵੀ ਲੱਗਦੀ ਆ ਅਤੇ ਆਉਂਦੇ ਹਫ਼ਤੇ ਉਹ ਵੀ ਬੰਦਾ ਡਾਕਟਰ ਨੇ ਪੁੱਛਿਆ, ਹਰ ਹਫ਼ਤੇ ਕਿੰਨਾ ਮਹੀਨਾ 2 ਹੋ ਗਏ, ਹਰ ਹਫ਼ਤੇ ਤਾਂ ਗਾਂ ਦਾ ਟਾਈਮ ਦੇ ਦਿੰਦੇ ਆ। ਸ਼ੇਖੂਪੁਰਾ ਇੱਥੋਂ ਕਿਹੜਾ ਨੇੜੇ ਆ, ਲਾਹੌਰ ਦੇ ਨਾਲ ਆਮੀਨ ਆਮੀਨ। ਇੱਥੇ ਡਿੱਕੇ ਬੈਠੋ, ਮੈਂ ਰਜ਼ਾਈ ਇਕੱਠੀ ਕਰੀ ਆਉਂਦੀ ਹਾਂ। ਨਹੀਂ ਇੱਥੇ ਕੋਈ ਨਹੀਂ ਹਾਲ, ਇੱਥੇ ਹਾਲ ਹੈ ਵੇ, ਬੜੀ ਸੋਹਣੀ ਧੁੱਪ ਹੈ, ਧੁੱਪ ਬੜੀ ਸੋਹਣੀ ਹੋ ਰਹੀ ਹੈ। ਅੱਛਾ ਮੇਰੇ ਚਾਦਰ ਵੀ ਲੈ ਤੇ ਸਰਾਣਾ ਵੀ ਲੈ ਆ। ਅੱਛਾ ਅੰਦਰ ਨਾ ਮੰਜੀ ਵੀ ਇੱਥੇ ਡਾਲੋ, ਇੱਥੇ ਡਾਲੋ ਮਾਮਤੀ ਬਹੁਤ, ਮੈਂ ਜਿਹੜਾ ਉਹ ਨਹੀਂ ਹਲੇ ਬਾਜੀ ਆਪਣਾ ਕੰਮ ਕਰ ਲਵੇ ਨਾ, ਜੇ ਬਾਜੀ ਨੇ ਮੈਨੂੰ ਪਤਾ ਨਾ ਹਾਂ ਤੁਹਾਨੂੰ ਪਤਾ ਹੁੰਦਾ ਨਾ। ਕੀ ਚਾਹਣ ਨਾਲ ਸੀ ਤੁਸੀਂ
ਸਾਨੂੰ ਤਾਂ ਕੁਛ ਲੱਭਣ ਨਹੀਂ ਦਿਆ, ਅਸੀਂ ਸ਼ਹਿਰ ਜਾਣਾ ਸੀ, ਫਿਰ ਪ੍ਰਾਹੁਣੇ ਆਉਂਦੇ ਪਏ ਇਸ ਕਰਕੇ ਫਿਰ ਨਹੀਂ ਜਾਣਾ, ਨਹੀਂ ਤੇ ਫਿਰ ਬਾਜੀ ਤੈਨੂੰ ਮੈਂ ਲੈ ਕੇ ਜਾਣਾ ਸੀ। ਮੈਂ ਕਿਹਾ ਹੁਣ ਸੁਬਾਹ ਸਾਨੂੰ ਕੁਛ ਸਮਝ ਨਹੀਂ ਆਉਣ ਡਿਆ, ਮੇਰਾ ਗਾਜਰਾਂ ਖਾਣੇ ਦਿਲ ਕਰਦਾ ਵਾ ਤੇ ਕਿੱਥੇ ਆ ਸ਼ਿਮਲਾ ਮਿਰਚ ਫ੍ਰਿਜ ਪਈ ਹੋਈ ਤੇ ਗਾਜਰ ਕਿੱਥੇ ਆ? ਮੈਂ ਵੀ ਚਵਾਲੂ ਕੱਢ ਕੱਢ ਕੇ ਖਾਣੀ ਹੁੰਦੀ ਆ, ਭਾਬੀ ਦੀ ਨਾ ਅੰਮੀ ਦੀ ਤਬੀਅਤ ਖਰਾਬ ਸੀ ਇਸ ਕਰਕੇ ਭਾਬੀ ਉੱਥੇ ਆ, ਮੈਂ ਭਾਜੀ ਦੇਵਾਂ ਫਟਾਫਟ ਚਾਹ ਬਣਾ ਕੇ ਔਰ ਰੋਟੀ ਭਾਜੀ ਦੀ, ਭਾਜੀ ਸਨਵਰਾਂ ਨੇ ਪਕਾਉਣੀ ਆ, ਮੈਂ ਕਿਹਾ ਮੈਂ ਪਕਾ ਲੈਣੀ ਭਾਜੀ ਤੁਸੀਂ ਇੱਥੋਂ ਜਿਹੜਾ ਨਾ ਮੈਂ ਪਕੌਨੀ ਤੁਸੀਂ ਖਾ ਲਿਓ ਭਾਜੀ, ਕਹਿੰਦੀ ਵੀ ਮੈਂ ਨਾ ਸਾਰਾ ਕੁਛ ਤਿਆਰ ਕਰਕੇ ਰੱਖ ਕੇ ਆਈ ਹਾਂ, ਅਤੇ ਮੈਂ ਕਿਹਾ ਚਲੋ ਫਿਰ ਮੈਂ ਨਾ ਹੁਣ ਫਟਾਫਟ ਚਾਹ ਬਣਾ ਲਵਾਂ। ਇੱਥੇ ਮੈਂ ਚੁੱਲ੍ਹਾ ਰੱਖਿਆ ਵਾ ਅਤੇ ਬਾਹਰ ਮੌਸਮ ਬੜਾ ਖਰਾਬ ਹੋ ਰਹਾ ਤੇ ਜਿਹੜਾ ਨਾ ਫਿਰ ਮੇਰੇ ਕੋਲ ਨਾ ਉੱਥੇ ਨਹੀਂ ਹੁੰਦਾ। ਅੱਲਾ ਪਾਕ ਦੁਆ ਕਰਨੀ ਆ ਭਾਬੀ ਦੀ ਅੰਮੀ, ਅੱਲਾ ਪਾਕ ਤੰਦਰੁਸਤੀ ਦੇਵੇ, ਅੱਲਾ ਪਾਕ ਮਾਂ ਬਾਪ ਨੂੰ ਸਭ ਕੁਛ ਨਾ ਹੋਵੇ, ਮਾਂ ਬਾਪ ਨਾਲ ਹੀ ਘਰ ਬਾਹਰ ਆਉਂਦੀਆਂ ਵਡੇਰੀਆਂ ਨੇ ਘਰ 'ਚ ਰੌਣਕਾਂ ਹੁੰਦੀਆਂ ਵਾ। ਮੈਂ ਚਾਹ ਬਣਾ ਕੇ ਪੀਤੀ ਹੈ, ਮੈਂ ਨਹੀਂ ਪੀਂਦੀ, ਫਿਰ ਮੈਨੂੰ ਬਸ ਭਾਜੀ ਵਾਸਤੇ ਬਣਾਊਂਗੀ, ਭਾਜੀ ਵੀ ਨਹੀਂ ਪੀਂਦੀ, ਭਾਜੀ ਸਾਰਾ ਦਿਨ ਹੀ ਚਾਹ ਪੀਂਦੀ, ਸਿਰਫ ਭਾਜੀ ਨੇ ਸੁਬਾਹ ਪੀਣੀ ਹੁੰਦੀ ਭਾਜੀ ਵਾਸਤੇ, ਬਸ ਮੈਂ ਕੱਪ ਬਣਾ ਲਿਆ ਕਿ ਮੈਂ ਭਾਜੀ ਮੈਨੂੰ ਪੁੱਛਿਆ ਭਾਜੀ ਪੀਣੀ ਚਾਹੇ ਉਹ ਮੈਨੂੰ ਪਤਾ ਵੀ ਹੈ ਹਲਕੀ ਪੱਤੀ ਭਾਜੀ ਨੇ ਪੀਣੀ ਹਲਕਾ ਮਿੱਠਾ, ਫਟਾਫਟ ਜਿਹੜਾ ਨਾ ਮੈਂ ਚਾਹ ਬਣਾ ਕੇ ਦੇਵਾਂ। ਸਿਲੰਡਰਾਂ ਦਾ ਵੀ ਬੜੀ ਮੌਜ ਹੈ, ਜਿੱਦਾਂ ਹੁਣ ਬਾਹਰ ਪਈ ਸੀ ਬਾਲਣ ਗਿੱਲਾ ਹੋ ਗਿਆ ਸੀ ਨਾ, ਤੋਬਾ ਤੋਬਾ ਦੋ ਦੋ ਘੰਟੇ ਲੱਗ ਜਾਂਦੇ ਆ ਜਿਹੜਾ ਨਾ ਅੱਗ ਬਾਲ। ਐਂ ਵਾਲਾ ਦੁੱਧ ਮੈਂ ਇੱਥੇ ਹੀ ਰੱਖਣ ਲੱਗੀ ਹਾਂ, ਬਸ ਚਾਹ ਬਣ ਜਾਏ ਬਣ ਜਾਣੀ, ਅਤੇ ਕੱਪ ਮੈਂ ਸਾਰੇ ਇੱਥੇ ਧੋ ਕੇ ਰੱਖੇ ਆ, ਕੱਪ 'ਚ ਭਾਜੀ ਲੈ ਜਾਂਦੀ ਹਾਂ। ਹੋ ਸਕਦਾ ਅੱਜ ਨਾ ਬਾਈ ਫਿਆਜ਼ ਆਉਣ, ਕਿਉਂਕਿ ਉਹਨਾਂ ਨੂੰ ਨਾ ਥੋੜ੍ਹਾ ਕੰਮ। ਫਟਾਫਟ ਕਿਉਂਕਿ ਇੱਥੇ ਹਵਾ ਨਹੀਂ ਨਾ ਪੈਂਦੀ, ਕਿਚਨ ਦਾ ਮੂੰਹ ਖੁੱਲ੍ਹਾ, ਉੱਥੇ ਹਵਾ ਪੈਂਦੀ, ਉੱਥੇ ਚਾਹ ਬਣ ਲੱਗਿਆ ਵੀ, ਲੇਕਿਨ ਫਰਿੱਜ 'ਚ ਰੱਖਿਆ ਦੁੱਧ ਠੰਡਾ ਵੀ ਆ। ਭਾਜੀ ਭਾਬੀ ਨਾਲ ਰਾਬਤਾ ਨਹੀਂ ਹੋਇਆ ਕਿੱਦਾਂ ਹੁਣ ਆਂਟੀ ਦੀ ਤਬੀਅਤ? ਰਾਬਤਾ ਜਦੋਂ ਮੈਂ ਜਿਦਨ ਮੇਰੇ ਮਾਮੂ ਹੁਣਾਂ ਦੇ ਜਾਈਏ ਤੇ ਉਧਰ ਨੂੰ ਨੀ ਉਹ ਨੱਬਾ ਆਉਂਦਾ? ਦੋ ਭਰਾ ਤੇ ਇੱਕ ਭੈਣ ਤੇਰੇ ਉੱਪਰ ਦੇ ਕੋਲ 11 ਅੰਡੇ ਤੋਂ ਪਰਾਂ ਨੂੰ। ਅੱਛਾ 11 ਅੰਡੇ ਤੋਂ ਪਰਾਂ ਨੂੰ ਇਹ ਨੱਬਾ। ਅੱਛਾ ਇੱਕ ਨੱਬਾ ਇੱਧਰ ਵੀ ਆ, ਮੈਂ ਉਹ ਬਣਾਇਆ ਸੀ, ਮੈਂ ਤੇ ਉਸਮਾਨ ਗਏ ਨਾ ਮਾਮੂ ਹੁਣਾਂ ਦੇ, ਮੈਂ ਕਿਹਾ ਉਸਮਾਨ ਇੱਥੇ ਵੱਡੀ ਭਾਬੀ ਦੇ ਪੇਕੇ ਆ, ਕਿਉਂਕਿ ਮੇਰੀ ਮਾਮੀ ਦੇ ਪੇਕੇ ਉਸ ਉਹਦੇ ਵੀ ਉਸ ਚੱਕ ਚ ਆ ਨਾ, ਤੇ ਫਿਰ ਰਿਸ਼ਤੇਦਾਰ ਹੀ ਆ ਨਾ ਮੇਰੀ ਮਾਮੀ ਤੇ ਭਾਬੀ ਰਿਫਤ ਹੋਣੀ, ਤੇ ਅੰਮੀ ਕਿੱਧਰ ਹੁੰਦੀ ਆ? ਇੱਧਰ 90 ਵੱਲ। ਅੱਛਾ ਅੱਲਾ ਪਾਕ ਤੰਦਰੁਸਤੀ ਦੇਵੇ, ਜਾਣਾ ਤੇ ਬਾਜੀ ਸਭ ਨੇ ਉੱਥੇ ਹੀ ਆ ਜਿਹੜੇ ਸਾਹ, ਅੱਲਾ ਪਾਕ ਤੰਦਰੁਸਤੀ ਦੇਵੇ ਆਪਣੇ ਨਾ ਬਾਜੀ ਨਾ ਸੀ, ਫਿਰ ਸੀ ਕਮਜ਼ੋਰ ਬੜੀ ਹੋ ਗਈ, ਉਰਲੇ ਕਰ ਉਠਣਾ ਪਰਾਂ ਟੁਰ ਜਾਣਾ ਜਿੱਥੇ ਮਰਜ਼ੀ ਪੈ ਜਾਣਾ, ਹਾਂ ਇਹ ਆਪਣਾ ਫਿਰ ਟੁਰ ਲੈਣਾ ਨਾ, ਉਹ ਹਾਂ ਤੁਰਨ ਫਿਰਨ ਵਾਲਾ ਕੰਮ ਉਹਦਾ ਕੋਈ ਨਹੀਂ ਲੈ ਗਿਆ, ਉਹਦੇ ਪੱਠੇ ਬਿਲਕੁਲ ਜਵਾਬ ਦੇ ਗਿਆ। ਅੱਲਾ ਪਾਕ ਤੰਦਰੁਸਤੀ ਦੇਵੇ। ਵੈਸੇ ਵੀ ਭਾਜੀ ਵਡੇਰੀ ਹੋਣੀ ਆਂਟੀ, ਬੜੀ ਵਡੇਰੀ ਹੈ ਤੇ, ਹਾਂ ਮੇਰੀ ਨਾਨੀ ਤਰ੍ਹਾਂ ਹੋਣੀ ਆ, ਪਰੇਸ਼ਾਨੀ ਦੂਰ ਕਰੇ।
ਮੋੜ ਉਹਨੂੰ ਪੁੱਛਿਓ ਸੋ ਕਿ ਮੈਂ ਲੱਗੀ ਜਾਵਾਂ ਕਿ ਰਹਿ ਪਵਾਂ ਨਾਲੇ ਤੇ ਫਿਰ ਆ ਜਾਂਦੀ ਜੁੰਮੇ ਵਾਲੇ ਦਿਨ ਅਖੇ ਤੂੰ ਅੱਜ ਜਾ ਕੇ ਕਰਨਾ ਉੱਥੇ ਵੀ ਸੌਣਾ ਹੀ ਆ ਇੱਥੇ ਜੇ ਸੌਂ ਜਾ ਸਵੇਰੇ ਦਿਨ ਛੱਡ ਆਵੇ ਦਾ ਕਮਰ ਖਰਾ ਦਾ ਕਿੰਨਾ ਕੁ ਤਿਲ ਕਰਦਾ ਸੀ ਮਾਂ ਦਾ ਮੇਰੀ ਨਿੱਕੀ ਦੀ ਮੇਰੇ ਕੋਲ ਰਵੇ ਕਿੰਨੇ ਦਿਨ ਹੋ ਗਏ ਨੇ ਉਹਨਾਂ ਨੂੰ ਫੋਨ ਕਰਾਂਦੀ ਸੀ ਉਹਨਾਂ ਕੋਲੋਂ ਅੱਛਾ ਤੇ ਉਹਨੂੰ ਆਖੋ ਆ ਕੇ ਮੈਨੂੰ ਮਿਲ ਜਾਏ ਅੱਛਾ ਉਹਨੂੰ ਆਖੋ ਮੈਨੂੰ ਆ ਕੇ ਇੱਕ ਵਾਰੀ ਮਿਲ ਜਾਏ ਅੱਛਾ ਭਾਬੀ ਹੁਣੀ ਭੈਣਾਂ ਕਿੰਨੀਆਂ ਵਾ ਤੇ ਇੱਕ ਫੌਤ ਹੋ ਗਈ ਅੱਲਾ ਜੰਦ ਨਸੀਬ ਕਰੇ ਦੋ ਉੱਥੇ ਇੱਕ 90 ਚ ਨਾ ਇੱਕ ਨੇੜੇ ਹੀ ਉੱਥੇ ਹੈ ਨਾ ਉੱਥੇ ਦੁਕਾਨ ਨਾਲ ਹੀ ਦੀਵਾਰ ਵਿੱਚ ਸਾਂਝੀ ਰਿਸ਼ਤੇਦਾਰਾਂ ਦੇ ਵਿੱਚ ਹੋਣੀ ਹੈ ਨਾ ਫਿਰ ਮੈਂ ਆਖਿਆ ਚੱਲ ਮੈਂ ਰਾਤੀ ਉੱਥੇ ਜਾ ਕੇ ਤੂੰ ਕਿਹੜਾ ਉੱਥੇ ਮੁੰਗ ਦਲਣੀ ਇੱਕ ਗਾਂ ਮੈਂ ਮੈਂ ਖੋਲ ਬੰਨ ਲਾਂ ਮੈਂ ਵੀ ਕੱਲ ਵੇਖਿਆ ਨਾ ਇਹਨਾਂ ਨੇ ਵੀਰਾਂ ਨੂੰ ਜਾਂਦੇ ਆ ਪਹਿਲਾਂ ਮਨਵਰ ਸਾਡੇ ਕੋਲ ਬੈਠਾ ਸੀ ਅੰਮਾ ਜੀ ਦੇ ਕੋਲ ਜਾਂਦੇ ਆ ਵੀ ਪਾਜੀ ਜਿਹੜੀ ਮੈਂ ਕਿਹਾ ਉਸ ਮਰੱਬੇ ਗਏ ਨੇ ਉਹ ਰਹਿੰਦਾ ਕਿ ਨਹੀਂ ਉਸ ਮਰੱਬੇ ਨਹੀਂ ਗਏ ਅਗਾਂ ਲੰਘ ਗਏ ਸਨ ਮੈਨੂੰ ਗਾਂ ਚ ਮਿਲੇ ਆਹੋ ਤੇ ਮੈਂ ਫਿਰ ਅੱਗੇ ਮੈਂ ਕਿਹਾ ਪੜਾ ਮੈਂ ਅੱਗੇ ਦੇਖ ਰਾਤੀ ਭਾਜੀ ਲੇਟ ਸਾਡੇ ਕੋ ਆਇਆ ਵਾ ਖੇ ਮੈਨੂੰ ਨਹੀਂ ਸੀ ਪਤਾ ਭਾਬੀ ਉੱਥੇ ਆ ਮੈਂ ਕਿਹਾ ਖਾਲਾ ਨਹੀਂ ਮੈਂ ਭਾਜੀ ਨੇ ਕਿਹਾ ਭਾਜੀ ਰੋਟੀ ਲੈ ਕੇ ਆਵਾਂ ਭਾਜੀ ਨੇ ਕਿਹਾ ਨਹੀਂ ਫਿਰ ਮੈਂ ਚਾਹ ਉਹ ਭਾਜੀ ਕਹਿੰਦਾ ਮੈਂ ਚਾਹ ਪੀਣੀ ਆ ਨਾਲੇ ਭਾਬੀ ਕਦੀ ਰਹੀ ਨਹੀਂ ਨਾ ਜਾ ਕੇ ਇਕੱਠੇ ਜਾਂਦੇ ਆ ਸੁਬਾ ਜਾਂਦੇ ਸ਼ਾਮੀ ਆ ਗਏ ਮੈਂ ਰਹਿ ਪਿਆ ਰਾਤ ਉਹਨਾਂ ਦੀ ਵੀ ਮੈਂ ਇਹ ਸਾਹ ਦਾ ਵਸਾਹ ਕੋਈ ਨਹੀਂ ਬਿਲਕੁਲ ਭਾਜੀ ਇੱਥੇ ਜਵਾਨਾਂ ਦਾ ਨਹੀਂ ਵੀਰੇ ਪਤਾ ਰਾਤ ਨਾਲ ਮੈਂ ਕਿਹੜਾ ਉੱਪਰ ਪੈ ਕੇ ਲੱਗਾ ਨਹੀਂ ਭਾਜੀ ਗੱਲਾਂ ਬਾਤਾਂ ਨਹੀਂ ਕਰਦੇ ਖਾਲਾ ਦੇ ਅੱਛਾ ਉਹ ਪੁੱਛੋ ਤੋਂ ਨਾ ਤੂੰ ਆਂ ਹੀ ਕਰਦੀ ਅੱਛਾ ਅੱਲਾ ਪਾਕ ਤੰਦਰੁਸਤ ਦੇਵੇ ਬਾਣੀ ਖਾਂਦੀ ਭੁੱਖ ਲੱਗੀ ਰੋਟੀ ਦਿਓ ਤੇ ਦਿਲ ਜੇ ਨਹੀਂ ਦੇਣ ਚਾਹੀ ਤੇ ਭਾਵੇਂ ਉਹ ਅੱਗੇ ਲਿਆ ਕੇ ਰੱਖ ਲੈਣਾ ਆਖਿਆ ਮੈਨੂੰ ਭੁੱਖ ਹੀ ਕੋਈ ਨਹੀਂ ਮੈਂ ਅੱਗੇ ਖਾਧੀ ਆ ਅੱਲਾ ਪਾਕ ਤੰਦਰੁਸਤੀ ਦੇਵੇ ਇਨਸ਼ਾਅੱਲਾ ਨਾਸ਼ਤਾ ਭੱਜ ਕੀਤਾ ਹੁਣ ਬਾਜੀ ਰੋਟੀ ਤੂੰ ਪਕਾਣੀ ਭਾਜੀ ਦੀ ਦੁਪਹਿਰ ਦੀ ਮੈਂ ਕਹਿੰਦੇ ਮੈਂ ਪਕਾਉਣੀ ਇੱਥੇ ਖਾ ਲਈ ਮੈਂ ਕਿਹੜਾ ਦੁਪਹਿਰੀ ਖਾਣਾ ਜੇ ਤੂੰ ਮੇਰਾ ਪੁੱਤਰ ਪਕਾਈ ਮੈਂ ਪਕਾਈ ਕੋਈ ਗੱਲ ਨਹੀਂ ਪਰ ਮੈਂ ਨਾ ਚਾਹ ਪੀ ਤੂੰ ਪਤਾ ਸ਼ਾਮੀ ਆ ਕੇ ਪੀ ਲਈ ਤੂੰ ਚੰਗਾ ਮੇਰਾ ਵੀਰ ਮੈਂ ਆਪਣੀ ਤੇਰੀ ਧੀਆਂ ਤੇਰੀ ਸੁਬਾਹ ਗਿਆ ਫਿਰ ਚਾਹ ਬਣਾ ਕੇ ਦਿੱਤੀ ਉਹ ਤਾਂ ਭਾਜੀ ਜਦੋਂ ਆਵੇ ਮੈਂ ਚਾਹ ਤੋਂ ਨਹੀਂ ਜਾਣ ਦਿੰਦੀ ਨਾ ਵੀ ਪੀਵੇ ਤੇ ਮੈਂ ਕਹਣਾ ਨਹੀਂ ਪੀਣੀ ਆ ਪਕਾ ਲੈਣੀ ਨਾਸ਼ਤਾ ਕਰਨਾ ਨਹੀਂ ਮੈਂ ਸਿਰਫ ਚਾਹ ਹੀ ਪੀਣੀ ਚਾਹ ਪੀਤੀ ਤੋਂ ਮੈਂ ਕਿ ਮੈਂ ਰੋਟੀ ਪਕਾਣੀ ਆ ਕੇ ਜੇ ਨਹੀਂ ਮੈਂ ਖਾਣੀ ਅੱਛਾ ਚਲ ਪਕਾਣੀ ਪਕਾਣੀ ਆ ਫਿਰ ਚਲ ਅੱਲਾ ਖੈਰ ਕਰੇ ਅੱਲਾ ਤਾਂ ਚੱਲੀ ਸਾਡੇ ਪਿਆਂਦਾ ਅਜੇ ਨਾ ਹੰਡੀ ਰੱਖੀ ਸਾਡੇ ਵੀ ਸ਼ਾਇਦ ਅੱਬਾ ਜੀ ਵੇ ਤੇ ਬਾਈ ਫਿਆਜ਼ ਹੋਣ ਹਮਨਾ ਦੀ ਤਬੀਅਤ ਨਹੀਂ ਨਾ ਕੁਝ ਠੀਕ ਤੋ ਪਤਾ ਨਹੀਂ ਲੈ ਕੇ ਜਾਂਦਾ ਹੁਣ ਜੇ ਪਤਾ ਨਹੀਂ ਕੀ ਕਰਦਾ ਵਾ ਪੈਰ ਵਿੱਚ ਨਾ ਗਰੋਲੀ ਸਾਰੀ ਐਡੀ ਸਾਰੀ ਕਹਿੰਦੇ ਬਣੀ ਆ ਮੈਨੂੰ ਚੰਡੀ ਲੱਗਦੀ ਉਹ ਯਾਰ ਸੌਲੀ ਜਾਂ ਚੰਡੀ ਐਵੇਂ ਦੀ ਆ ਕੋਈ ਮੈਂ ਕਿਹਾ ਵੀ ਡਾਕਟਰ ਕੋ ਨਾ ਹੁਣ ਆਊਗਾ ਨਾ ਤੇ ਰੋਂਦੀ ਆ ਨਹੀਂ ਫਿਰ ਹੁਣ ਆਪ ਦਿਖਾਊਗਾ ਨਾ ਉਹ ਫਿਰ ਰੋਂਦੀ ਆ ਡਰਦੀ ਟੀਕੇ ਤੋਂ ਤਹੀਬਾ ਤੇ ਅਲੀ ਇੱਕ ਵਾਰੀ ਨਾਲ ਸੀ ਤਹੀਬਾ ਟੀਕਾ ਲੱਗਾ ਸੀ ਦਰਦ ਹੁੰਦੀ ਆ ਦਰਦ ਹੁੰਦੀ ਆ ਮੈਂ ਤਾਂ ਫਿਰ ਉਹ ਭਾਜੀ ਜਵੇਰ ਨਹੀਂ ਆਉਣਾ ਇੱਥੇ ਮੈਂ ਤਾਂ ਫਿਰ ਭਾਈ ਫਿਆਜ਼ ਵੀ ਆਇਆ ਵਾ ਅੱਲਾ ਪਾਕ ਨਿੱਕੀ ਜਿਹੀ ਤੀਤੀ ਆਉਣੀ ਆ ਅੱਛਾ ਜੀ ਬਾਜੀ ਵੀ ਚਲੀ ਗਈ ਆ ਮੈਂ ਹੁਣ ਇੱਥੇ ਲੱਗੀ ਹਾਂ ਵਾਈਪਰ ਫੇਰਨ ਅੱਗੇ ਇਹ ਜਿਹੜੀ ਜਗ੍ਹਾ ਨਾ ਉਹ ਹਲਕੀ ਜਿਹੀ ਬਾਰਿਸ਼ ਪਈ ਹੈ ਅਤੇ ਮਿੱਟੀ ਵਾਲੇ ਪੈਰ ਲੈ ਕੇ ਜਾਂਦੇ ਨਾ ਅੰਦਰ ਅਤੇ ਮੇਰਾ ਨਾ ਦੋ ਕਿੰਨੂ ਖਾਣੇ ਦਿਲ ਕਰਦਾ ਫੜੀ ਚਾਬੀ ਮੈਂ ਤੋੜ ਲਿਆ ਫਿਰ ਤੁਸੀਂ ਕਹਿਣਾ ਕਣਕ ਮਿੰਦਣੀ ਮੈਨੂੰ ਤੋੜ ਕੇ ਲਿਆ ਦਿਓ ਹਾਂ ਪਿਆਰ ਹੈ ਨਾ ਇੱਦਾਂ ਹੀ ਮਾਲਟਾ ਨਹੀਂ ਤੋੜ ਕੇ ਲਿਆ ਕੇ ਦੇ ਸਕਦੇ ਚਲੋ ਜੀ ਮੈਂ ਆਪ ਹੀ ਤੋੜ ਕੇ ਖਾ ਲੈਂਦੀ ਹਾਂ ਮੇਰੇ ਪਸੰਦੀਦਾ ਮਾਲਟੇ ਵੀਡੀਓ ਦਾ ਮੈਂ ਐਂਡ ਕਰਦੀ ਹਾਂ ਅੱਲਾ ਹਾਫਿਜ਼ ਬਾਏ ਬਾਏ